You are watching Channel Y. Channel Y, a South Asian Canadian channel. I think it's a total defiance of the Chief Minister. The Chief Minister ke bawajood kuch pata lag raha. He was considered to be a strong leader, na? Successful and strong and bold. So this time around, I think that perception of Chief Minister Amrinder Singh has completely changed. He has become, either he's too old or he has lost the willpower to act. Probably sometimes when you make compromises with your opponents, because Chief Minister de do vadde mukadme, Ludhiana City Centre te Amritsar Improvement Trust, Akali jede oh jaan lage cancellation reports file kar gaye ne. The Chief Minister is over soft to his political opponents. ਔਰ ਉਹਦੇ 'ਚ ਉਹ ਉਹਨਾਂ ਦੀ ਹੁਣ ਵਿਲ ਪਾਵਰ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ। ਤੁਸੀਂ ਦੇਖੋ ਨਾ, ਆਹ ਜੰਗੇ ਆਜ਼ਾਦੀ 'ਤੇ ਜਾ ਕੇ ਬਾਦਲ ਸਾਹਿਬ ਦੀਆਂ ਤਰੀਫਾਂ ਹੋ ਰਹੀਆਂ ਵਾ। ਐਂਡ ਆਈ ਪਰਸਨਲੀ ਫੀਲ ਦੈਟ ਜੰਗੇ ਆਜ਼ਾਦੀ ਇਜ਼ ਅ ਮਿਸਪਲੇਸਡ ਪ੍ਰਾਇਰਿਟੀ। ਇਟ ਇਜ਼ ਨੋਟ ਵਾਟ ਵਾਜ਼ ਰਿਕੁਆਇਰਡ ਫੋਰ ਪੰਜਾਬ। ਪੰਜਾਬ ਨੂੰ ਪਹਿਲਾਂ ਸਕੂਲ ਅਤੇ ਸਕੂਲ ਟੀਚਰਾਂ ਦੀ ਲੋੜ ਆ, ਪੰਜਾਬ ਨੂੰ ਪਹਿਲਾਂ ਡਾਕਟਰਾਂ ਅਤੇ ਹਸਪਤਾਲਾਂ ਦੀ ਲੋੜ ਆ, ਪੰਜਾਬ ਨੂੰ ਪਹਿਲਾਂ ਗਰੀਬਾਂ ਦੀ ਇੰਪਲੋਇਮੈਂਟ ਦੀ ਲੋੜ ਆ, ਨਾ ਕਿ ਆਹ ਵੱਡੇ ਚਿੱਟੇ ਹਾਥੀ ਲਿਆ ਕੇ 500 crore ਰੁਪਏ ਦੇ ਬੰਨੇ ਨੇ। In fact, this is a absolute misplaced priority of the state government. Aur main RTI pai mainu de nahi rahe. I think Badal ne 10 memorials banaye ne pichle apne raj vich, jehda ikko hi builder nu ditte aa contracts. Ohda naam hai ga Messrs Deepak Builders Private Limited. Aur ohde vich Sukhbir Badal diyan stakes aa as benami stakes in that company. And agar eh memorials da let's say 10,000 crore rupaye da budget aa, ta samajh lo 3-4,000 crore ਰੁਪਇਆ ਖਾਧਾ ਗਿਆ ਇਹਦੇ ਵਿੱਚੋਂ। ਇਹ ਖਾਣ ਲਈ ਬਣਾਏ ਗਏ ਨੇ ਮੈਮੋਰੀਅਲ। ਬਾਦਲ ਸਾਹਿਬ ਨੂੰ ਹੁਣ ਨਹੀਂ ਚੇਤੇ ਆਇਆ ਕਿ ਕਿਹੜੇ ਲੋਕ 70 ਸਾਲ ਪਹਿਲਾਂ ਸ਼ਹੀਦ ਹੋਏ ਸੀਗੇ। ਇਹ ਸਾਰੇ ਆਈਡੀਆਜ਼ ਕਨਸੀਵ ਕਰਦੇ ਨੇ ਚੰਡੀਗੜ੍ਹ ਵਿੱਚ ਬੈਠੇ ਬਾਬੂ, ਪੋਲੀਟੀਕਲ ਆਦਮੀਆਂ ਨੂੰ ਵਿੱਚ ਮਿਲਾਉਂਦੇ ਨੇ ਕਿ ਆਹ ਹੁਣ ਪ੍ਰੋਜੈਕਟ ਅਪਣਾਵਾਂਗੇ, ਇਹਦਾ ਇੰਨਾ ਬਜਟ ਹੋਵੇਗਾ ਅਤੇ ਇੰਨੇ ਪੈਸੇ ਇਹਦੇ 'ਚੋਂ ਆਪਾਂ ਖਾਵਾਂਗੇ। ਖਾਣ ਪੀਣ ਦਾ ਜਗਾੜ ਆ ਇਹਨਾਂ ਨੂੰ, ਕੋਈ ਕਿਸੇ ਦੀ ਆਜ਼ਾਦੀ ਵਿੱਚ ਦਿੱਤੀ ਯੋਗਦਾਨ ਦਾ ਕੋਈ ਚਿੰਤਾ ਜ਼ਿਆਦਾ ਨਹੀਂ ਸੀਗੀ। ਜੇ ਸੀਗੀ ਤਾਂ ਦੀਜ਼ ਮੈਮੋਰੀਅਲ ਸ਼ੁੱਡ ਹੈਵ ਕਮ ਅਪ ਲੌਂਗ ਟਾਈਮ ਬੈਕ ਇੰਸਟਡ ਆਫ ਕਮਿੰਗ ਅਪ 70 years later in life। ਇਹ ਸਾਰਾ ਇੱਕ ਤਰੀਕੇਕਾਰ ਹੈ ਪੰਜਾਬ ਨੂੰ ਲੁੱਟਣ ਅਤੇ ਖਾਣ ਪੀਣ ਦਾ ਸਾਰਾ ਸਿਸਟਮ। ਆਈ ਪਰਸਨਲੀ ਫੀਲ ਮਿਸਪਲੇਸ ਪ੍ਰਾਇਰਿਟੀ। ਵੀ ਨੀਡ ਮੈਮੋਰੀਅਲਸ, ਵੀ ਨੀਡ ਆਵਰ ਜਿਹਨਾਂ ਲੋਕਾਂ ਨੇ ਕੰਟਰੀਬਿਊਟ ਕੀਤਾ, ਬਟ ਕੁਡ ਹੈਵ ਬੀਨ ਡਨ ਲੇਟਰ। ਨੋ, ਅਗਰ ਦੇਖੋ ਅਗਰ ਉਹ ਜੈਨੂਅਨਲੀ ਕੰਸਰਨ ਨੇ ਕਿ ਇਲੀਗਲ ਮਾਈਨਿੰਗ ਹੋ ਰਹੀ ਆ, ਫਿਰ ਉਹ ਦੱਸਣ ਪੰਜਾਬ ਦੇ ਲੋਕਾਂ ਨੂੰ ਕਿ ਆਹ ਮੈਂ ਟਵੀਟ ਕੀਤੀ ਸੀਗੀ, ਐਡੀ ਵੱਡੀ ਮਸ਼ੀਨਰੀ ਖੜੀ ਆ ਅਤੇ ਐਕਸ਼ਨ ਕਿਹਦੇ ਖਿਲਾਫ ਹੋਇਆ ਵਾ। ਐਮ ਪੀ ਦਾ ਹਾਲੇ ਮੈਨੂੰ ਕੋਈ ਇਨਫੋਰਮੇਸ਼ਨ ਆਊਗੀ ਤਾਂ ਪਤਾ ਲੱਗੂ ਹਾਲੇ ਐਮ ਪੀਆਂ ਦਾ। ਹਾਂਜੀ, ਆਮ ਆਦਮੀ ਪਾਰਟੀ ਨੇ ਵੀ ਕਦੀ ਕੋਈ ਨਵੇਂ ਸਰਵੇ ਕੀਤਾ ਜਾਂ ਕੋਈ ਆਪਣੇ ਇਨਪੁਟਸ ਤੁਹਾਡੇ ਆਪਣੀ ਇੰਟੈਲੀਜੈਂਸ ਹੁੰਦੀ ਹੈ ਪਾਰਟੀ ਇੰਟੈਲੀਜੈਂਸ ਕਿ ਕੌਣ ਕੌਣ ਐਮ ਐਲ ਏਜ਼ ਐਂਡ ਵਾਰਡ ਨੇ? ਦੇਖੋ, ਆਈ ਹੈਵ ਬੀਨ ਗੈਟਿੰਗ ਲੋਟ ਆਫ ਇਨਫੋਰਮੇਸ਼ਨ ਐਂਡ ਅਸੀਂ ਪਲਾਨ ਵੀ ਕਰਦੇ ਰਹੇ ਟੂ ਵਿਜ਼ਿਟ, ਪਰ ਜਦ ਨੂੰ ਅਸੀਂ ਪਲਾਨ ਕਰਕੇ ਵਿਜ਼ਿਟ ਅਨਾਊਂਸ ਕਰਦੇ ਉਦੋਂ ਨੂੰ ਉੱਥੇ ਉਹਨਾਂ ਦਿਨਾਂ 'ਚ ਉੱਥੇ ਉਹ ਮਾਈਨਿੰਗ ਰੋਕ ਦਿੰਦੇ ਰਹੇ ਆ। ਜਾਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮੇਸ਼ਨ ਚਲੇ ਜਾਂਦੀ ਸੀ ਕਿ ਸ਼ਾਇਦ ਇੱਥੇ ਆਉਣਗੇ। ਫਰੀਦਕੋਟ, ਫਿਰੋਜ਼ਪੁਰ, ਆਹ ਲੁਧਿਆਣਾ, ਸਾਰਾ ਬੋਥ ਦਾ ਸਾਈਡਸ ਆਫ ਦ ਬੈਗਸ, ਫਲੋਰ ਸਾਈਡ, ਬਲਕਿ ਸ਼ਾਹਕੋਟ ਦੇ ਵਿੱਚ ਆ ਦਰਿਆ ਦੇ ਨਾਲ ਨਾਲ, ਲੁਧਿਆਣੇ ਦੇ ਵਿੱਚ ਸਮਰਾਲੇ ਦੇ ਨੇੜੇ ਵੀ, ਰੋਪੜ ਦੇ ਵਿੱਚ, ਆਨੰਦਪੁਰ ਸਾਹਿਬ ਦੇ ਵਿੱਚ, ਪਠਾਨਕੋਟ, ਆਹ ਇੱਧਰ ਹਰੀਕੇ ਦੇ ਲਾਗੇ ਜ਼ੀਰਾ, ਮੱਖੂ, ਇੱਧਰ ਬਹੁਤ ਜ਼ਿਆਦਾ ਰਿਪੋਰਟਸ ਆ ਰਹੀਆਂ ਸੀ ਮਾਈਨਿੰਗ ਦੀਆਂ। ਇਹ ਸਾਰੇ ਪੋਲੀਟੀਕਲ ਬੰਦੇ ਕਰ ਰਹੇ ਸੀਗੇ। ਔਰ ਇੱਕ ਹੋਰ ਇੰਟਰਸਟਿੰਗ ਗੱਲ ਆ ਕਿ ਜਿਹੜਾ ਇਹ ਸਾਰਾ ਮਾਈਨਿੰਗ ਕਾਰਟਲ ਹੁੰਦਾ ਨਾ, ਮਾਫੀਆ, ਇਹਦੇ 'ਚ ਬੜੇ ਕਨਵੀਨੀਅੰਟਲੀ ਅਕਾਲੀਆਂ ਨੇ, ਅਕਾਲੀ ਗਵਰਨਮੈਂਟ ਬਣਦੇ ਸਾਰ ਪਿੱਛੇ ਹੋ ਗਏ ਅਤੇ ਕਾਂਗਰਸ ਫਰੰਟ 'ਤੇ ਆ ਗਈ। ਇਹ ਪੂਰਾ ਔਰਗਨਾਈਜ਼ ਟ੍ਰੇਡ ਹੈ ਇਹਨਾਂ ਦਾ ਸਾਰਾ, ਸਿਸਟਮੈਟਿਕ ਹੈਗੇ। ਅਕਾਲੀ ਵੀ ਵਿੱਚੇ ਹੀ ਨੇ, ਉਹ ਸਲੀਪਿੰਗ ਪਾਰਟਨਰ ਬਣ ਗਏ ਪਿੱਛੇ, ਉਹ ਥੋੜ੍ਹੇ ਪੈਸੇ ਲੈਣ ਲੱਗ ਗਏ ਨੇ ਕਿ ਹੁਣ ਜ਼ਿਆਦਾ ਸ਼ੇਅਰ ਤੁਸੀਂ ਲੈ ਲਓ। ਇਹ ਸਾਰਾ ਔਰਗਨਾਈਜ਼ ਸਾਰਾ ਕੰਮ ਬੜੀ ਦੇਰ ਦਾ, ਔਰ ਬੜੀ ਦੇਰ ਦਾ ਚੱਲ ਰਿਹਾ ਹੈ, ਪਿਛਲੇ 10 ਸਾਲਾਂ ਦਾ ਚੱਲ ਰਿਹਾ ਸਾਰਾ। ਸਪੀਕਰ ਨੇ ਮੈਨੂੰ ਕਿਹਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਇਕੱਲੀ ਮੈਂ ਕੋਈ ਫੋਟੋ ਖਿਚਾਉਣ ਨਹੀਂ ਆਇਆ, ਨਾ ਮੈਂ ਤੁਹਾਨੂੰ ਜੈਨੂਅਨਲੀ ਕਹਿਣ ਆਇਆ ਕਿ ਜੇ ਤੁਸੀਂ ਆਲ ਪਾਰਟੀ ਕਮੇਟੀ ਦੀ ਬਣਾ ਦਿਓਗੇ ਵਿਧਾਨ ਸਭਾ ਦੀ,
ਇਹ ਪੰਗਾ ਰੁਕੂਗਾ ਹੀ ਤਾਂ, ਕਿਉਂਕਿ ਜਦੋਂ ਪਤਾ ਲੱਗ ਗਿਆ ਕਿ ਇਹਦੇ 'ਚ ਓਪੋਜੀਸ਼ਨ ਵੀ ਮੈਂਬਰਸ ਨੇ, ਸਾਰੀਆਂ ਪਾਰਟੀਆਂ ਦੇ ਮੈਂਬਰਸ ਆ, ਅਤੇ ਵਿਜ਼ਿਟ ਕਰਨਾ ਵਾ, ਫਿਰ ਕੋਈ ਮਾਈਨਿੰਗ ਛੇਤੀ ਦੇ ਕੇ ਕਰ ਨਹੀਂ ਸਕੂਗਾ। ਬਟ ਸਪੀਕਰ ਆਈ ਥਿੰਕ ਹੈਜ਼ ਨੋਟ ਬੀਨ ਏਬਲ ਟੂ ਟੇਕ ਐਨੀ ਕੰਕਰੀਟ ਐਕਸ਼ਨ। ਆਈ ਵਿਲ ਪਰਸੂ ਦਿਸ ਏਜੰਡਾ ਇਨ ਦਾ ਵਿਧਾਨ ਸਭਾ, ਆਈ ਵਿਲ ਮੇਕ ਸ਼ੋਰ, ਕਿਉਂਕਿ ਇਹ ਬਹੁਤ ਇੰਪੋਰਟੈਂਟ ਇਸ਼ੂ ਆ। ਇਹ ਗੁੰਡਾ ਟੈਕਸ ਹੋ ਗਿਆ, ਇਲੀਗਲ ਮਾਈਨਿੰਗ ਹੋ ਗਈ, ਇਹਨਾਂ ਦੇ ਉੱਤੇ ਵਿਧਾਨ ਸਭਾ ਦੀ ਕਮੇਟੀ ਬਣਨੀ, ਜਿੱਦਾਂ ਹੁਣ ਫਾਰਮਰ ਸੁਸਾਇਟ ਦੇ ਉੱਤੇ ਬਣੀ ਹੋਈ ਆ, ਦੈਟ ਕਮੇਟੀ ਹੈਜ਼ ਡਨ ਅ ਵੈਰੀ ਗੁੱਡ ਜੋਬ, ਦੇ ਹੈਵ ਵਿਜ਼ਿਟਡ ਮੈਨੀ ਏਰੀਆਜ਼ ਆਫ ਪੰਜਾਬ, ਐਂਡ ਇਸ ਵਿਧਾਨ ਸਭਾ ਦੇ ਵਿੱਚ ਰਿਪੋਰਟ ਜਿਹੜੀ ਆ ਕਮੇਟੀ ਦੀ ਟੇਬਲ ਕੀਤੀ ਜਾਣੀ ਆ। ਇਸ ਤਰ੍ਹਾਂ ਦੀ ਕਮੇਟੀ ਬਣੂਗੀ ਤਾਂ ਆਮ ਵੈਰੀ ਸ਼ੋਰ ਕਿ ਐਡਮਿਨਿਸਟ੍ਰੇਸ਼ਨ, ਪੁਲਿਸ, ਮਾਫੀਆ ਸਾਰੇ ਡਰਨ। ਇੱਕ ਗੱਲ ਮੈਂ ਅੱਜ ਕਹਿਣਾ ਚਾਹੁੰਦਾ ਕਿ ਵਿਧਾਨ ਸਭਾ ਦਾ ਸੈਸ਼ਨ, ਬਜਟ ਦਾ ਇਜਲਾਸ, ਇੱਕ ਵਾਰ ਫਿਰ ਪੰਜਾਬ ਨੇ ਮਜ਼ਾਕ ਕੀਤਾ। ਐਡਾ ਵੱਡਾ ਪਲੇਟਫਾਰਮ ਹੈ ਸਾਡੇ ਕੋਲ ਪੰਜਾਬ ਦੇ ਬਰਨਿੰਗ ਇਸ਼ੂਜ਼ ਨੂੰ ਡਿਬੇਟ ਕਰਨ ਦਾ, ਦੀ ਸੈਸ਼ਨ ਇਜ਼ ਫੋਰਮ 20 ਤਰੀਕ ਤੋਂ ਲੈ ਕੇ 28 ਤਰੀਕ ਤੱਕ। ਇਹਦੇ ਵਿੱਚ ਇੱਕ ਦਿਨ ਸ਼ਰਧਾਂਜਲੀ ਆ ਦਾ, 15 ਮਿੰਟ ਸ਼ਰਧਾਂਜਲੀ ਅਤੇ ਸੈਸ਼ਨ ਖਤਮ। ਮੇਰੀ ਬਲਕਿ ਅਪੀਲ ਹੈ ਚੀਫ ਸਪੀਕਰ ਸਾਹਿਬ ਨੂੰ ਕਿ ਸ਼ਰਧਾਂਜਲੀਆਂ ਦੇ ਕੇ 15 ਮਿੰਟ ਦੀ ਬ੍ਰੇਕ ਦੇ ਕੇ ਯੂ ਸ਼ੁੱਡ ਯੂਟੀਲਾਈਜ਼ ਦ ਰੈਸਟ ਆਫ ਦ ਡੇ, ਬਿਕੋਜ਼ ਐਵਰੀਥਿੰਗ ਇਜ਼ ਔਰਗਨਾਈਜ਼ਡ, ਦ ਸਟਾਫ ਇਜ਼ ਦੇਅਰ, ਜਿਹੜਾ ਕਹਿੰਦੇ ਨਾ 70 ਲੱਖ ਰੁਪਏ ਖਰਚਾ ਹੁੰਦਾ, ਅਤੇ 15 ਮਿੰਟ ਸ਼ਰਧਾਂਜਲੀ ਦੇ ਕੇ ਖਤਮ ਨਹੀਂ ਕਰ ਲੈਣਾ ਚਾਹੀਦਾ, ਨੰਬਰ 1। ਨੰਬਰ 2, ਇਹਦੇ ਵਿੱਚ ਇੱਕ ਵੀਕਐਂਡ ਆ ਰਿਹਾ ਵਾ, ਸੈਟਰਡੇ ਸੰਡੇ ਨਿਕਲ ਜਾਣਾ, ਵਿੱਚੋਂ 2 ਦਿਨ ਉਹ ਨਿਕਲ ਗਏ, ਇੱਕ ਦਿਨ ਸ਼ਰਧਾਂਜਲੀ ਦਾ ਨਿਕਲ ਗਿਆ, 23 ਤਰੀਕ ਸ਼ਹੀਦ ਭਗਤ ਸਿੰਘ ਦੀ ਛੁੱਟੀ ਆ, 4 ਦਿਨ ਨਿਕਲ ਗਏ, 9 'ਚੋਂ 5 ਦਿਨ ਦਾ ਬਜਟ ਦਾ ਇਜਲਾਸ ਹੋਵੇਗਾ, ਜਿਹਦੇ 'ਚ ਇੱਕ ਦਿਨ ਬਜਟ ਪ੍ਰੈਜੈਂਟੇਸ਼ਨ 'ਤੇ ਕੋਈ ਬਹਿਸ ਨਹੀਂ ਹੁੰਦੀ, ਸਿਰਫ ਫਾਈਨੈਂਸ ਮਿਨਿਸਟਰ ਬਜਟ ਪੜ੍ਹ ਦਿੰਦਾ, ਐਂਡ ਦਾ ਹਾਊਸ ਰਾਈਜ਼ਸ। ਸੋ ਯੂ ਕੈਨ ਇਮੈਜਿਨ ਕਿ ਇਹਦੇ ਨਾਲ, ਮਤਲਬ ਇਟਸ ਅ ਜੋਕ ਬੀਂਗ ਪਲੇਡ ਇਨ ਦ ਨੇਮ ਆਫ ਸੈਸ਼ਨਸ ਆਫ ਪੰਜਾਬ ਵਿਧਾਨ ਸਭਾ। ਉਹ ਹਾਊਸ ਦੀ ਜਿਹੜੀ ਆ ਉਹਦੀ ਵਰਤੋਂ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਬਿਲਕੁਲ, ਮੇਰੇ ਕੋਲ ਐਜ਼ ਓਪੋਜੀਸ਼ਨ ਲੀਡਰ, ਮੇਰਾ ਖਿਆਲ ਹੈ ਮੈਨੂੰ 100 ਤੋਂ ਜ਼ਿਆਦਾ ਡੈਪੂਟੇਸ਼ਨ ਮਿਲ ਚੁੱਕੀਆਂ। ਰਮਜ਼ਾ ਦੇ ਟੀਚਰਸ ਆਏ, SSA ਦੇ ਟੀਚਰਸ ਆਏ ਕਿ ਸਾਨੂੰ ਜੀ, ਅਸੀਂ ਕਈ ਸਾਲਾਂ ਤੋਂ ਕੰਟਰੈਕਟ 'ਤੇ ਜੋਬਸ ਕਰ ਰਹੇ, ਸਾਡੀਆਂ ਤਨਖਾਹਾਂ ਦੇ ਅਰੇਂਜਿੰਗ ਫਰੋਮ ਐਨੀਵੇਅਰ ਬਿਟਵੀਨ 40 ਤੋਂ 50 ਹਜ਼ਾਰ ਰੁਪਏ ਪਰ ਮੰਥ। ਹੁਣ ਸਾਨੂੰ ਗਵਰਨਮੈਂਟ ਕਹਿੰਦੀ ਕਿ ਤੁਹਾਨੂੰ ਅਸੀਂ ਤੁਹਾਡੀਆਂ ਜੋਬਸ ਪੱਕੀਆਂ ਕਰ ਦਾਂਗੇ, ਪਰ ਤੁਹਾਨੂੰ 3 ਸਾਲ 10,300 ਰੁਪਈਏ 'ਤੇ ਕੰਮ ਕਰਨਾ ਪਊਗਾ, ਦਿਹਾੜੀਦਾਰ 'ਤੇ 300 ਰੁਪਈਆ ਲੇਬਰ 'ਤੇ ਦਿਨ 'ਤੇ, ਮਨਰੇਗਾ 'ਤੇ। ਸੋ ਪੀਪਲ ਲਾਈਕ ਰਮਜ਼ਾ, SSA, ਅੱਜ ਵੀ ਮੇਰੇ ਚੰਡੀਗੜ੍ਹ ਮਿਲਣ ਵਾਸਤੇ ਦੇ ਆਰ ਆਰ ਮੈਨੀ ਡੈਪੂਟੇਸ਼ਨ ਵੇਟਿੰਗ ਫੋਰ ਮੀ, ਫਾਰਮਰਸ ਦੀ ਸੁਸਾਇਟੀਜ਼ ਵਾਲੇ ਆਏ, ਹੋਰ ਕਈ ਇੰਪਲੋਇਜ਼ ਜਥੇਬੰਦੀਆਂ ਆਈਆਂ, ਮਤਲਬ ਸਾਡੇ ਕੋਲ ਇੰਨੇ ਜ਼ਿਆਦਾ ਇਸ਼ੂਜ਼ ਨੇ ਵਿਚ ਕੈਨੋਟ ਬੀ ਡਿਬੇਟਡ ਇਨ ਦ ਸੋ ਕਾਲਡ 5 ਡੇਜ਼, ਦੀ ਐਕਚੁਅਲ 5 ਡੇਜ਼ ਸੈਸ਼ਨ ਆਫ ਵਿਧਾਨ ਸਭਾ ਇਨ ਪੰਜਾਬ। ਵੀ ਨੀਡ ਵੀ ਅਰਜ ਦੈਟ ਘੱਟੋ ਘੱਟ 1 ਮਹੀਨਾ ਦਾ ਸੈਸ਼ਨ ਹੋਣਾ ਚਾਹੀਦਾ, ਪਰ ਬਜਟ ਦਾ ਇਜਲਾਸ ਆ, ਬਜਟ 'ਤੇ ਬਹਿਸ ਹੋਣੀ ਆ, ਐਡੇ ਵੱਡੇ ਮੁੱਦੇ ਨੇ, ਬੈਂਕਰਪਸੀ ਹੋਈ ਹੋਈ ਆ, ਗਰੀਬਾਂ ਦੇ, ਦਲਿਤਾਂ ਦੇ, ਖਾਸ ਤੌਰ 'ਤੇ ਜਿਹੜੇ SC ਅਤੇ BC ਦੇ ਹਕੂਕ ਖੋਏ ਜਾ ਰਹੇ ਨੇ, ਉਹਨਾਂ ਦੀਆਂ ਜਿਹੜਾ 200 ਯੂਨਿਟ ਬਿਜਲੀ ਦੀ ਸਹੂਲਤ ਸੀਗੀ ਗੌਰਮੈਂਟ ਨੇ ਉਹ ਖੋਲ੍ਹੀ ਆ, ਥਰਮਲ ਪਲਾਂਟ ਬੰਦ ਕਰ ਦਿੱਤੇ ਆ, ਆਂਗਨਵਾੜੀਆਂ ਨੂੰ ਖਤਰੇ 'ਚ ਪਾ ਦਿੱਤਾ ਵਾ, 84,000 ਇੰਪਲੋਈਜ਼ ਨੇ ਆਂਗਨਵਾੜੀ ਵਾਲੇ, ਲਾਈਕਵਾਈਜ਼ ਸੇਵਾ ਕੇਂਦਰ ਬੰਦ ਕੀਤੇ ਜਾ ਰਹੇ ਨੇ। ਸੋ ਇੰਸਟੈਡ ਆਫ ਇੰਪਰੂਵਿੰਗ ਦ ਸਟੇਟ ਆਫ ਪੰਜਾਬ, ਇੰਸਟੈਡ ਆਫ ਪ੍ਰੋਵਾਈਡਿੰਗ ਇੰਪਲੋਇਮੈਂਟ, ਕੈਪਟਨ ਅਮਰਿੰਦਰ ਸਿੰਘ ਇਨ ਦ ਨੇਮ ਆਫ ਬੈਂਕਰਪਸੀ ਇਜ਼ ਲਿਟਰਲੀ ਟੇਕਿੰਗ ਅਵੇ ਦੀ ਲਾਈਵਲੀਹੁੱਡ ਆਫ ਦ ਪੀਪਲ ਆਫ ਪੰਜਾਬ, ਵਿਚ ਇਜ਼ ਹਾਈਲੀ ਕੰਡੈਮਨੇਬਲ। ਔਰ ਇਹ ਸਾਰੇ ਇਸ਼ੂਜ਼ ਅਸੀਂ 5 ਦਿਨ 'ਚ ਨਹੀਂ ਉਠਾ ਸਕਦੇ, ਸੈਸ਼ਨ 1 ਮਹੀਨੇ ਦਾ ਜ਼ਰੂਰ ਘੱਟੋ ਘੱਟ ਪੰਜਾਬ ਵਿਧਾਨ ਸਭਾ ਦਾ ਹੋਣਾ ਚਾਹੀਦਾ। ਅੱਜ ਸਾਡੀ ਪਾਰਟੀ ਉੱਥੇ ਪ੍ਰੋਟੈਸਟ ਕਰ ਰਹੀ ਆ, DC ਫਰੀਦਕੋਟ ਦੇ ਡਿਸਟ੍ਰਿਕਟ ਲੈਵਲ ਧਰਨਾ ਵਾ। ਮੈਂ ਸਮਝਦਾ ਕਿ MLA ਜਿਹੜਾ ਵਾ, ਐਜ਼ ਪਰ ਪ੍ਰੋਟੋਕੋਲ ਬੀਂਗ ਇਲੈਕਟਿਡ ਰਿਪ੍ਰੈਜੈਂਟੇਟਿਵ, ਹੀ ਇਜ਼ ਅਬਵ ਦੀ ਪੋਜੀਸ਼ਨ ਆਫ ਦਾ ਚੀਫ ਸੈਕਟਰੀ ਆਫ ਦਾ ਪੰਜਾਬ। ਤੋ ਇੱਕ ADC ਉੱਠ ਕੇ ਕਿਸੇ MLA ਨੂੰ ਕਹੇ ਕਿ ਗੈਟ ਆਊਟ ਜਾਂ ਮੇਰੇ ਦਫ਼ਤਰ 'ਚੋਂ ਬਾਹਰ ਚਲ ਜਾਓ, ਇਟ ਇਜ਼ ਬਹੁਤ ਮਾੜੀ ਗੱਲ ਕੀਤੀ ਉਹਨਾਂ ਨੇ, ਕਿਉਂਕਿ ਇਹ ਜਿਹੜੇ ਅਫਸਰ ਨੇ ਬੇਸਿਕਲੀ ਦੇ ਆਰ ਸਰਵੈਂਟਸ, ਦੇ ਆਰ ਪਬਲਿਕ ਸਰਵੈਂਟਸ। ਉਹ ਵੀ ਆਪਾਂ ਨੂੰ ਉਹ ਆਪਣੇ ਆਪ ਨੂੰ ਸਰਕਾਰ ਸਮਝੀ ਬੈਠੇ ਕਿ ਸਰਕਾਰ ਮਾਈ ਬਾਪ ਮੈਂ ਵਾਂ। ਅਫਸਰਾਂ ਨੂੰ ਆਪਣਾ ਰਵੱਈਆ ਬਦਲਣਾ ਪਵੇਗਾ, ਅਤੇ MLA ਦੀ ਤੋਹੀਨ ਜਿਹੜੀ ਆ, ਚੁਣੇ ਹੋਏ ਨਾ ਇਕੱਲੇ MLA ਨਹੀਂ, ਈਵਨ ਸਰਪੰਚ, ਮੈਂਬਰ ਬਲੋਕ ਸਮਤੀ, ਕਾਉਂਸਲਰਸ ਆਫ ਦਾ ਸਿਟੀਜ਼, ਮੈਂਬਰ ਜ਼ਿਲ੍ਹਾ ਪਰਿਸ਼ਦ, ਇਹਨਾਂ ਨੂੰ ਸਾਰਿਆਂ ਨੂੰ ਡਿਊ ਰਿਸਪੈਕਟ ਨਹੀਂ ਦਿੱਤੀ ਜਾ ਰਹੀ। ਇਹਨਾਂ ਨੂੰ ਥਾਣਿਆਂ ਬਥਾਣਿਆਂ ਦੇ ਵਿੱਚ ਇਹਨਾਂ ਦੀ ਤੋਹੀਨ ਹੁੰਦੀ ਆ, ਦੇ ਹੈਵ ਟੂ ਅਮੈਂਡ ਦੇਅਰ ਐਟੀਟਿਊਡ। ਔਰ ਅਸੀਂ, ਸਾਡੀ ਪਾਰਟੀ ਇਸ ਇਸ਼ੂ ਨੂੰ ਪੰਜਾਬ ਦੇ ਸਪੀਕਰ ਦੇ ਜ਼ਰੀਏ ਪ੍ਰਿਵਲੇਜਸ ਕਮੇਟੀ ਵਿੱਚ ਲੈ ਕੇ ਜਾਵੇਗੀ, ਬਿਕੋਜ਼ ਆਈ ਫੀਲ ਇਟਸ ਅ ਬ੍ਰੀਚ ਆਫ ਪ੍ਰਿਵਲੇਜ ਆਫ ਏ ਇਲੈਕਟਿਡ ਰਿਪ੍ਰੈਜੈਂਟੇਟਿਵ ਆਫ ਪੰਜਾਬ। ਹਾਂਜੀ,
ਐਬਸੋਲਿਊਟਲੀ ਕਿ ਕੋਈ ਪੰਜਾਬ ਦਾ ਅਫਸਰ, ਚਾਹੇ ਉਹ ਡੀ ਸੀ ਐੱਸ ਐੱਸ ਪੀ ਆ, ਚਾਹੇ ਚੰਡੀਗੜ੍ਹ ਵਿੱਚ ਬੈਠੇ ਸੈਕਟਰੀਏਟ, ਕੀ ਕਿਸੇ ਰੂਲਿੰਗ ਪਾਰਟੀ ਦੇ ਐੱਮ ਐੱਲ ਏ ਦੇ ਨਾਲ ਦੁਰਵਿਵਹਾਰ ਕਰ ਸਕਦੇ ਨੇ ਉਹ? ਕਿ ਉਹਨੂੰ ਕਹਿ ਸਕਦੇ ਕਿ ਮੇਰੇ ਦਫ਼ਤਰ 'ਚੋਂ ਬਾਹਰ ਨਿਕਲ ਜਾ ਇੱਥੋਂ? ਸੋ ਵਾਈ ਇਜ਼ ਦੇਅਰ ਆਲਵੇਜ਼ ਡਿਸਕ੍ਰਿਮੀਨੇਸ਼ਨ ਵਿਦ ਬਿਟਵੀਨ ਇਲੈਕਟਿਡ ਰਿਪ੍ਰੈਜੈਂਟੇਟਿਵਸ ਆਫ ਦੀ ਰੂਲਿੰਗ ਪਾਰਟੀ ਐਂਡ ਦੀ ਓਪੋਜੀਸ਼ਨ ਪਾਰਟੀਜ਼? ਇਹ ਰਿਸਪੈਕਟ ਜਿਹੜੀ ਆ ਉਹ ਮੈਂ ਇਸ ਗੱਲ ਦਾ ਮੁਦਈ ਹਾਂ ਕਿ ਸਾਰੇ ਇਲੈਕਟਿਡ ਰਿਪ੍ਰੈਜੈਂਟੇਟਿਵਸ ਸਟਾਰਟਿੰਗ ਫਰੋਮ ਸਰਪੰਚ ਟੂ ਐੱਮ ਪੀ ਸਾਰਿਆਂ ਦਾ ਮਾਣ ਸਤਿਕਾਰ ਅਫਸਰਾਂ ਨੂੰ ਕਰਨਾ ਚਾਹੀਦਾ। ਅਫਸਰਸ਼ਾਹੀ ਪੰਜਾਬ ਦੇ ਵਿੱਚ ਬੇਲਗਾਮ ਹੋ ਚੁੱਕੀ ਆ, ਕਿਉਂਕਿ ਅੱਜ ਰਾਜ ਅਫਸਰਾਂ ਦਾ ਵਾ ਪੰਜਾਬ 'ਚ, ਅੱਜ ਬਾਬੂਆਂ ਦਾ ਰਾਜ ਆ, ਅਮਰਿੰਦਰ ਦਾ ਰਾਜ ਨਹੀਂ ਗਾ। ਐਬਸੋਲਿਊਟਲੀ ਦਿਸ ਇੰਸੀਡੈਂਟ ਰਿਫਲੈਕਟਸ ਦੈਟ ਦ ਸਟੇਟ ਇਜ਼ ਬੀਂਗ ਰਨ ਬਾਈ ਦੀ ਬਾਬੂਸ ਐਂਡ ਦੇ ਫੀਲ ਦੈਟ ਦ ਚੀਫ ਮਿਨਿਸਟਰ ਇਜ਼ ਨੈਗਲੀਜੈਂਟ, ਦੇਅਰਫੋਰ ਵੀ ਆਰ ਨੋਟ ਆਂਸਰੇਬਲ ਟੂ ਐਨੀਬਡੀ। ਨਾ ਚੀਫ ਮਿਨਿਸਟਰ ਤਾਂ ਕੋਈ ਸ਼ਿਕਾਇਤ ਪਹੁੰਚ ਸਕੇ ਉਹਨਾਂ ਦੀ, ਨਾ ਕਿਸੇ ਦੇ ਖਿਲਾਫ਼ ਕੋਈ ਐਕਸ਼ਨ ਹੋ ਸਕੇ, ਇਸ ਲਈ ਸਾਰੀ ਸਟੇਟ ਦੀ ਬਿਊਰੋਕਰੇਸੀ ਜਿਹੜੀ ਆ ਉਹ ਆਪਣੀ ਮਨਮਰਜ਼ੀ 'ਤੇ ਉਤਰੀ ਹੋਈ ਆ, ਔਰ ਸਾਰਾ ਕੁਝ ਜਿਉਂ ਦਾ ਤਿਉਂ ਜਿੱਦਾਂ ਪਹਿਲਾਂ ਸ਼ੁਰੂ 'ਚ ਕਿਸੇ ਨੇ ਕਿਹਾ ਸੀਗਾ ਕਿ ਨਥਿੰਗ ਹੈਜ਼ ਚੇਂਜ, ਓਨਲੀ ਪੰਜਾਬ ਦੇ ਵਿੱਚ ਪੱਗਾਂ ਦੇ ਅਤੇ ਝੰਡਿਆਂ ਦੇ ਰੰਗ ਬਦਲੇ ਨੇ। ਕਾਰਜਸ਼ੈਲੀ, ਕੰਮਕਾਰ, ਭ੍ਰਿਸ਼ਟਾਚਾਰ, ਡਿਫਾਇੰਸ, ਐਰੋਗੈਂਸ ਕੰਟੀਨਿਊਜ਼ ਐਟ ਦ ਸੇਮ ਲੈਵਲ। ਠੀਕ ਹੈ ਜੀ, ਥੈਂਕ ਯੂ ਸੋ ਮਚ। ਇੱਕ ਕਿਸਮ ਦੀ ਮੈਂ ਕਹਿ ਸਕਦਾ ਕਿ ਪੋਲੀਟੀਕਲ ਜਮਾਤ ਦਾ ਚਿਹਰਾ ਨੰਗਾ ਕਰ ਦਿੱਤਾ ਸਾਰਾ। ਪਹਿਲਾਂ 10 ਸਾਲ ਅਕਾਲੀ ਦਲ ਨੇ ਸ਼ਰੇਆਮ ਪੰਜਾਬ ਦੇ ਦਰਿਆਵਾਂ ਦੀ ਲੁੱਟ ਕਸੁੱਟ ਕੀਤੀ, ਸਾਡੇ ਨੈਚੁਰਲ ਰਿਸੋਰਸਿਸ ਦੀ ਕਰੋੜਾਂ ਅਰਬਾਂ ਰੁਪਏ ਦੀ ਲੁੱਟ ਹੋਈ ਆ, ਔਰ ਕਾਂਗਰਸ ਗਵਰਨਮੈਂਟ ਬਣਨ 'ਤੇ ਇਹਨਾਂ ਦੇ ਮੈਨੀਫੈਸਟੋ ਵਿੱਚ ਇਹਨਾਂ ਦੀ ਵੱਡੀ ਕਮਿਟਮੈਂਟ ਸੀ ਦੈਟ ਵੀ ਵਿਲ ਐਂਡ ਮਾਫੀਆ ਰਾਜ ਇਨ ਪੰਜਾਬ। ਇਨਸਟੈਡ ਆਫ ਐਂਡਿੰਗ ਮਾਫੀਆ ਰਾਜ, ਦੇ ਹੈਵ ਗੋਨ ਏ ਸਟੈਪ ਫਰਦਰ, ਔਰ ਇਹਨਾਂ ਨੇ ਆ ਪਿਛਲੇ ਇੱਕ ਸਾਲ ਤੋਂ ਲਗਾਤਾਰ ਬਿਲਕੁਲ ਦਿਨ ਦਿਹਾੜੇ ਮਾਈਨਿੰਗ ਦੇ ਵਪਾਰ ਨੂੰ ਹੋਰ ਵਧਾਇਆ ਕਾਂਗਰਸ ਦੇ ਲੀਡਰਸ ਨੇ, ਔਰ ਇਹਦੇ ਵਿੱਚ ਰਾਣੇ ਗੁਰਜੀਤ ਦਾ ਇਸਤੀਫਾ ਵੀ ਹੋਇਆ ਵਾ। ਬਟ ਡਿਸਪਾਈਟ ਦੈਟ, ਬਿਕੋਜ਼ ਦਿਸ ਟ੍ਰੇਡ ਇਜ਼ ਬਿਕਮ ਸੋ ਲਿਊਕਰੇਟਿਵ, ਇਟ ਇਜ਼ ਰਨਿੰਗ ਇਨ ਟੂ ਹੰਡਰਡਸ ਐਂਡ ਥਾਊਜ਼ੰਡਸ ਆਫ ਕਰੋੜ ਆਫ ਇਲੈਜੀਟਮੇਟ ਇਨਕਮ, ਇਸ ਲਈ ਕਾਂਗਰਸ ਦੇ ਲੀਡਰਸ, ਮਿਨਿਸਟਰਸ, ਐੱਮ ਐੱਲ ਏ ਉਹ ਹਟ ਨਹੀਂ ਰਹੇ। ਔਰ ਜਿਹੜਾ ਕੱਲ੍ਹ ਪਰਸੋਂ ਦਾ ਟਵੀਟ ਆਇਆ ਉਹਦਾ ਅਮਰਿੰਦਰ ਸਿੰਘ ਦਾ, ਉਸਨੇ ਇੱਕ ਵੱਡਾ ਸਵਾਲ ਖੜ੍ਹਾ ਕੀਤਾ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਦੇ ਕਹਿਣ 'ਤੇ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ। ਬਿਕੋਜ਼ ਵਾਟ ਆਈ ਹੈਵ ਲਰਨ, ਵਾਟ ਆਈ ਹੈਵ ਫਰੋਮ ਮਾਈ ਸੋਰਸਿਸ, ਕਿ ਚੀਫ ਮਿਨਿਸਟਰ ਨੇ ਟਵੀਟ ਕੀਤਾ ਕਿ ਆਹ ਥੱਲੇ ਐਡੇ ਵੱਡੇ ਲੈਵਲ ਦੇ ਉੱਤੇ ਇਲੀਗਲ ਮਾਈਨਿੰਗ ਹੋ ਰਹੀ ਆ, ਅਤੇ ਮੀਡੀਆ ਨੇ ਅਤੇ ਹੋਰ ਸੋਰਸਿਸ ਨੇ ਸਾਰਿਆਂ ਨੇ ਯਤਨ ਕੀਤਾ ਕਿ ਕੌਣ ਨੇ ਮਾਈਨਿੰਗ ਕਰ ਰਹੇ, ਤਾਂ ਅੱਜ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਚੀਫ ਮਿਨਿਸਟਰ ਨੇ ਜਿਹੜਾ ਜਿਸ ਇਲੀਗਲ ਮਾਈਨਿੰਗ ਦੇ ਇਸ਼ੂ ਨੂੰ ਲੈ ਕੇ ਟਵੀਟ ਕੀਤਾ ਸੀਗਾ, ਕੋਈ ਰਿਸਪੋਂਸੀਬਿਲਿਟੀ ਨਹੀਂ ਓਨ ਕਰ ਰਿਹਾ ਕਿ ਇਹ ਕਿਹੜੇ ਇਲਾਕੇ 'ਚ ਆ, ਇਹ ਖੱਡਾ ਕਿਹਦੀਆਂ ਦਾ ਤਾਂ ਪਤਾ ਲੱਗ ਗਿਆ, ਲੇਕਿਨ ਗੈਰ ਕਾਨੂੰਨੀ ਮਾਈਨਿੰਗ ਉਹਦੇ 'ਚ ਕੌਣ ਕਰ ਰਿਹਾ ਵਾ? ਕੀ ਮਹਿਜ਼ ਟਿੱਪਰਾਂ ਦੇ ਡਰਾਈਵਰ ਅਤੇ ਟਰੱਕਾਂ ਦੇ ਜਿਹੜੇ ਵਿਚਾਰੇ ਕਰਿੰਦੇ ਨੇ, ਕਿ ਉਹਨਾਂ ਦੇ ਪਰਚਾ ਦਰਜ ਕਰਕੇ ਐਡਮਿਨਿਸਟ੍ਰੇਸ਼ਨ ਕੈਨ ਗੈਟ ਅਵੇ? ਕਿ ਡੂ ਯੂ ਥਿੰਕ ਕਿ ਟਰੱਕ ਡਰਾਈਵਰ ਹੈਜ਼ ਦੀ ਕਰੇਜ ਟੂ ਇੰਡਲਜ ਇਨ ਇਲੀਗਲ ਮਾਈਨਿੰਗ ਆਫ ਦੈਟ ਸਕੇਲ ਵਿਚ ਹੈਜ਼ ਅਟਰੈਕਟਿਡ ਦੀ ਆਈ ਆਫ ਦੀ ਚੀਫ ਮਿਨਿਸਟਰ ਪੰਜਾਬ? ਇਸ ਲਈ ਇਹ ਸਾਡਾ ਮੰਨਣਾ ਵਾ, ਔਰ ਉੱਥੇ ਜਿਹੜਾ ਨਵਾਂਸ਼ਹਿਰ ਦਾ ਐੱਮ ਐੱਲ ਏ ਉਹ ਕਹਿ ਰਿਹਾ ਕਿ ਨਾਮ ਪਬਲਿਕ ਕਰੋ। ਅੱਜ ਓਪੋਜੀਸ਼ਨ ਦੇ ਲੀਡਰ ਦੇ ਵਜੋਂ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ, ਮੰਗ ਕਰਦਾ ਵਾਂ ਕਿ ਪਲੀਜ਼ ਮੇਕ ਦੀ ਨੇਮਸ ਆਫ ਪੀਪਲ ਇੰਡਲਜਿੰਗ ਇਨ ਇਲੀਗਲ ਮਾਈਨਿੰਗ, ਲੈਟਸ ਏ ਸਟਾਰਟਿੰਗ ਆਫ ਫਰੋਮ ਹਿਜ਼ ਓਨ ਟਵੀਟ, ਉਹ ਕੌਣ ਨੇ ਲੋਕ ਜਿਹਨਾਂ ਦੇ ਜਿਹੜੇ ਇਸ ਲੈਵਲ ਦੇ ਉੱਤੇ ਲਾਰਜ ਸਕੇਲ ਇਲੀਗਲ ਮਾਈਨਿੰਗ ਕਰ ਰਹੇ ਨੇ, ਉਹ ਕੌਣ ਨੇ ਬੰਦੇ? ਉਹਨਾਂ ਦੇ ਬੰਦਿਆਂ ਦੇ ਨਾਮ ਪਬਲਿਕ ਕਰਨਾ ਚੀਫ ਮਿਨਿਸਟਰ ਦੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਆ। ਦੂਜਾ ਮੈਂ ਕਹਿਣਾ ਚਾਹੁੰਦਾ ਕਿ ਚੀਫ ਮਿਨਿਸਟਰ ਦੇ ਕੋਲ ਇੰਟੈਲੀਜੈਂਸ ਸੋਰਸਿਸ ਤੋਂ ਇਲੀਗਲ ਮਾਈਨਿੰਗ ਦੇ ਕੰਪਲੀਟ ਪੰਜਾਬ ਦੇ ਟ੍ਰੇਡ ਦੀ ਪੂਰੀ ਰਿਪੋਰਟ ਗਈ ਹੋਈ ਆ। ਤੁਹਾਨੂੰ ਯਾਦ ਹੋਣਾ, ਇੱਕ ਵਾਰੀ ਸਦਨ ਦੇ ਵਿੱਚ ਚੀਫ ਮਿਨਿਸਟਰ ਸਾਹਿਬ ਨੇ ਅਕਾਲੀ ਵੈਲ ਵਿੱਚ ਬੈਠੇ ਸੀਗੇ, ਅਤੇ ਚੀਫ ਮਿਨਿਸਟਰ ਨੇ ਕਿਹਾ
ਕਿ ਬਹੁਤ ਰੌਲਾ ਨਾ ਪਾਓ, ਮੇਰੇ ਕੋਲ ਤੁਹਾਡੇ ਸਾਰਿਆਂ ਦੀ ਗੈਰ ਕਾਨੂੰਨੀ ਮਾਈਨਿੰਗ ਦੀ ਰਿਪੋਰਟਸ ਹੈਗੀਆਂ, ਜੇ ਤੁਸੀਂ ਜ਼ਿਆਦਾ ਖੱਪ ਪਾਓਗੇ ਮੈਂ ਤੁਹਾਡੇ ਖਿਲਾਫ਼ ਐਕਸ਼ਨ ਵੀ ਲਊਂਗਾ ਅਤੇ ਰਿਪੋਰਟ ਨੂੰ ਮੈਂ ਪਬਲਿਕ ਵੀ ਕਰੂੰਗਾ। ਅਕਾਲੀ ਉਸੇ ਵੇਲੇ ਉੱਠ ਕੇ ਵਿਲ 'ਚੋਂ ਆਪਣੀ ਆਪਣੀ ਸੀਟਾਂ 'ਤੇ ਚਲੇ ਗਏ ਸੀ। ਇਹਦਾ ਮਤਲਬ ਕੀ ਸੀਗਾ? ਅਕਾਲੀਆਂ ਨੂੰ ਪਤਾ, ਕਾਂਗਰਸ ਦੇ MLAs ਨੂੰ ਪਤਾ ਕਿ ਚੀਫ ਮਿਨਿਸਟਰ ਦੇ ਕੋਲ, ਆਫਟਰ ਆਲ ਚੀਫ ਮਿਨਿਸਟਰ ਦੇ ਕੋਲ ਇੰਟੈਲੀਜੈਂਸ ਦਾ ਐਡਾ ਵੱਡਾ ਵਿੰਗ ਆ, ਤਾਂ ਹੀ ਹੈਜ਼ ਐਵਰੀ ਰਿਪੋਰਟ। ਔਰ ਅੱਜ ਮੀਡੀਆ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਰਿਪੋਰਟਸ ਉਜਾਗਰ ਹੋਈਆਂ ਨੇ ਕਿ ਚੀਫ ਮਿਨਿਸਟਰ ਦੇ ਕੋਲ ਜਿਹੜੀ ਇੰਟੈਲੀਜੈਂਸ ਦੀਆਂ ਰਿਪੋਰਟਸ ਹੈ ਉਹਦੇ ਮੁਤਾਬਕ 11 ਕਾਂਗਰਸ ਦੇ MLAs ਔਰ ਇੱਕ ਕਰੰਟ ਮਿਨਿਸਟਰ ਇਜ਼ ਇਨਵੋਲਵ ਇਨ ਦ ਟ੍ਰੇਡ ਆਫ ਇਲੀਗਲ ਮਾਈਨਿੰਗ ਇਨ ਪੰਜਾਬ। ਦੇਅਰਫੋਰ ਇਟ ਇਜ਼ ਦੀ ਰਾਈਟ ਆਫ ਦ ਪੀਪਲ ਆਫ ਪੰਜਾਬ ਟੂ ਨੋ ਹੂ ਇਜ਼ ਲੂਟਿੰਗ ਆਵਰ ਨੈਚੁਰਲ ਰਿਸੋਰਸਿਸ। ਦੇ ਮੇ ਬੀ ਹੂਸੋਐਵਰ ਦੇ ਮੇ ਬੀ, ਵੈਦਰ ਇਟਸ ਅ ਮਿਨਿਸਟਰ, ਵੈਦਰ ਇਟ ਇਜ਼ ਈ ਕਾਂਗਰਸ MLAs ਔਰ ਦੇਅਰ ਫਰੰਟਮੈਨ, ਪੰਜਾਬ ਦੇ ਲੋਕ ਇਸ ਵਪਾਰ ਜਿਹੜਾ ਐਡੇ ਵੱਡੇ ਲੈਵਲ 'ਤੇ ਹੋ ਰਿਹਾ ਜਾਣਨਾ ਚਾਹੁੰਦੇ ਨੇ ਕਿ ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਦਰਿਆਵਾਂ ਦਾ ਬਲਾਤਕਾਰ ਕਰ ਰਹੇ ਨੇ ਔਰ ਸਾਡੇ ਰਸੋ। ਔਰ ਇਹ ਕੋਈ ਛੋਟਾ ਮੋਟਾ ਟ੍ਰੇਡ ਨੀਗਾ। ਅਗੇਨ ਆਏ 100 ਯੈਸਟਰਡੇ ਭਾਸਕਰ ਦੀ ਫਰੰਟ ਪੇਜ ਸਟੋਰੀ ਸੀਗੀ ਕਿ 10,000 ਕਰੋੜ ਰੁਪਏ ਤੋਂ ਜ਼ਿਆਦਾ ਅਵੈਧ ਮਾਈਨਿੰਗ ਦੇ ਲੁੱਟ ਹੋ ਰਹੀ ਆ, ਨੈਚੁਰਲ ਲੋਸ ਹੋ ਰਿਹਾ ਰੈਵਨਿਊ ਪੰਜਾਬ ਦਾ। ਔਰ ਕਿਸ ਤਰ੍ਹਾਂ ਦਾ ਨਾਲ ਉਹਨਾਂ ਨੇ ਕੈਲਕੂਲੇਟ ਕੀਤਾ ਕੁਆਂਟਮ ਆਫ ਸੈਂਡ ਇਨ 1 ਕਿਊਬਿਕ ਮੀਟਰ ਐਂਡ ਕਿੰਨੀਆਂ ਕੁਐਰੀਜ਼ ਹੈਗੀਆਂ ਅਤੇ ਕਿੰਨੀਆਂ ਦਰਿਆਵਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਇਹ ਸ਼ਾਇਦ ਇਹਦੇ ਨਾਲੋਂ ਵੀ ਵੱਡਾ ਵਪਾਰ ਆ ਹੈ, ਕਿਉਂਕਿ ਜਿਹੜੀਆਂ ਲੀਗਲ ਮਾਈਨਸ ਆ ਉਹਨੂੰ ਤਾਂ ਕੋਈ ਉੱਥੇ ਤਾਂ ਛੇੜਛਾੜ ਘੱਟ ਹੈਗੀ ਆ। ਇੱਕ ਲੀਗਲ ਮਾਈਨ ਲੈ ਕੇ 10 ਇਲੀਗਲ ਖੱਡਾਂ ਲੋਕ ਗਲਤ ਤਰੀਕੇ ਨਾਲ ਚਲਾ ਰਹੇ ਨੇ। ਹੁਣ ਇਹਦੀ ਸਾਰੀ ਮੈਂ ਪਹਿਲਾਂ ਵੀ ਆਈਵ ਗੋਟ ਦਿਸ ਲੈਟਰ, ਮੈਂ 6 ਫੈਬਰੀ ਨੂੰ ਸਪੀਕਰ ਸਾਹਿਬ ਨੂੰ ਆਪ ਮਿਲਿਆ ਵਾਂ ਜਾ ਕੇ ਵਿਦ ਮੈਨੀ MLAs ਆਫ ਦੀ ਆਮ ਆਦਮੀ ਪਾਰਟੀ ਔਰ ਉਹਨਾਂ ਨੂੰ ਮੈਂ ਇਹਦਾ ਹੱਲ ਦੱਸਿਆ ਸੀਗਾ, ਕਿਉਂਕਿ ਇਹ ਮਾਈਨਿੰਗ ਵਿਭਾਗ ਦੇ ਵੱਸ ਦੀ ਗੱਲ ਨਹੀਂ ਗੀ, ਪੁਲਿਸ ਵਿਭਾਗ ਦੇ ਵੱਸ ਦੀ ਗੱਲ ਨਹੀਂ। ਦੇ ਕੈ ਨੋਟ ਸਟੋਪ ਇਟ ਬਿਕੋਜ਼ ਦੇਅਰ ਆਰ ਪਾਵਰਫੁਲ ਪੀਪਲ ਬਿਹਾਈਂਡ ਦ ਮਾਈਨਿੰਗ ਮਾਫੀਆ ਇਨ ਪੰਜਾਬ। ਅਸੀਂ ਇਹ ਕਿਹਾ ਸੀਗਾ ਕਿ ਲੈਟ ਦੇਅਰ ਬੀ ਏ ਆਲ ਪਾਰਟੀ ਕਮੇਟੀ ਆਫ ਦ ਪੰਜਾਬ ਵਿਧਾਨ ਸਭਾ ਆਥੋਰਾਈਜ਼ ਟੂ ਵਿਜ਼ਿਟ ਆਲ ਲੀਗਲ ਐਂਡ ਇਲੀਗਲ ਮਾਈਨਿੰਗ ਸਾਈਟਸ ਆਫ ਪੰਜਾਬ। ਜੇ ਵਿਧਾਨ ਸਭਾ ਦੀ ਕਮੇਟੀ ਆਥੋਰਾਈਜ਼ਡ ਹੋਵੇ ਕਿ ਅਸੀਂ ਸਾਰੇ ਦਰਿਆਵਾਂ ਨੂੰ ਜਾ ਕੇ ਕਿਸੇ ਵੇਲੇ ਵੀ ਚੈੱਕ ਕਰ ਸਕਦੇ ਹਾਂ, ਐਡਮਿਨਿਸਟ੍ਰੇਸ਼ਨ ਵਿਲ ਬੀ ਔਨ ਦੇ ਟੋਸ, ਦੀ ਮਾਈਨਿੰਗ ਡਿਪਾਰਟਮੈਂਟ ਵਿਲ ਬੀ ਔਨ ਦੇ ਟੋਸ, ਦੀ ਮਾਈਨਿੰਗ ਮਾਫੀਆ ਵੁੱਡ ਬੀ ਅਫਰੇਡ। ਅੱਜ ਦੀ ਡੇਟ ਵਿੱਚ ਹੁਣ 1 ਸਾਲ ਲੰਘ ਗਿਆ ਵਾ, 1 ਸਾਲ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਕਿੱਡੇ ਵੱਡੇ ਪੈਮਾਨੇ ਦੇ ਉੱਤੇ ਲੁੱਟ ਘਸੁੱਟ ਹੋਈ ਹੈ। ਕੌਣ ਇਹਦਾ ਹਿਸਾਬ ਦੇਣ ਵਾਲਾ ਕੌਣ ਹੈ? ਕੌਣ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਕੌਣ ਹੈਗਾ ਇਸ ਸਾਰੀ ਗੱਲ ਵਿੱਚ? ਇਸ ਲਈ 2 ਮੇਰੀਆਂ ਮੰਗਾਂ ਨੇ, ਇੱਕ ਤਾਂ ਕਿ ਚੀਫ ਮਿਨਿਸਟਰ ਦੱਸਣ ਕਿ ਉਹਨਾਂ ਦੇ ਟਵੀਟ 'ਤੇ ਕੀ ਐਕਸ਼ਨ ਹੋਇਆ ਅਤੇ ਕਿਹਦੇ ਖਿਲਾਫ਼ ਹੋਇਆ। ਐਗਜੈਕਟਲੀ, ਮਤਲਬ ਇਹਦੇ ਨਾਲ ਵੱਡਾ ਮਜ਼ਾਕ ਨਹੀਂ ਸਮਝਿਆ ਜਾਊਗਾ ਕਿ ਜੇ ਚੀਫ ਮਿਨਿਸਟਰ ਟਵੀਟ ਕਰ ਰਿਹਾ ਐਂਡ ਦੀ ਐਕਸ਼ਨ ਟੇਕਨ ਇਜ਼ ਅਗੇਂਸਟ ਫਿਊ ਟਰੱਕ ਡਰਾਈਵਰਸ ਔਰ ਸਮ ਕਰਿੰਦਾਜ਼ ਆਫ ਸਮ ਕੰਪਨੀ, ਇਹਦੇ ਪਿੱਛੇ ਬਹੁਤ ਵੱਡਾ ਇਹ ਅਸਲ ਵਿੱਚ ਕਿਉਂ ਨਹੀਂ ਰੁਕ ਰਿਹਾ? ਕਿਉਂਕਿ ਕਿਤੇ ਨਾ ਕਿਤੇ ਕੁਆਂਟਮ ਆਫ ਮਨੀ ਇਨਵੋਲਵ ਇਜ਼ ਟੂ ਹਾਈ ਐਂਡ ਦੀ ਇੰਟਰਸਟ ਆਫ ਦੀ ਪੀਪਲ ਆਫ ਦ ਰੂਲਿੰਗ ਪਾਰਟੀ ਇਜ਼ ਇਨਵੋਲਵ, ਇਸ ਕਰਕੇ ਕਿਸੇ ਦੇ ਵਿੱਚ ਜਾਨ ਨਹੀਂ ਹੈਗੀ। ਇਹ ਸਾਰੀ ਗੱਲ ਨੂੰ ਵਿਧਾਨ ਸਭਾ ਦੀ, ਅਸੀਂ ਹੁਣ ਵਿਧਾਨ ਸਭਾ ਦੇ ਮੌਜੂਦ ਆਗਾਮੀ ਸੈਸ਼ਨ ਦੇ ਵਿੱਚ ਬਹੁਤ ਜ਼ੋਰ ਨਾਲ ਉਠਾਵਾਂਗੇ ਇਸ ਮਸਲੇ ਨੂੰ। ਚੀਫ ਮਿਨਿਸਟਰ ਨੂੰ ਨਾਮ ਦੱਸਣੇ ਪੈਣ, ਬਲਕਿ ਮੈਂ ਤਾਂ ਚੀਫ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਵਾਂ ਕਿ ਅਕਾਲੀਆਂ ਦੇ ਵੀ ਦੱਸੋ, ਤੁਸੀਂ ਅਕਾਲੀਆਂ ਨੂੰ ਕਿਉਂ ਲੁਕੋ ਰਹੇ ਹੋ, ਉਹਨਾਂ ਨੂੰ ਕਿਉਂ ਬਚਾ ਰਹੇ ਹੋ? ਕਿ ਇਹ ਜਿਹੜੀ ਲਿਸਟ ਹੈਗੀ ਆ, ਇਟ ਇਜ਼ ਮੇਅਰਲੀ ਫੋਰ ਬਲੈਕਮੇਲਿੰਗ ਯੋਰ ਓਪੋਨੈਂਟਸ, ਇਟ ਇਜ਼ ਨੋਟ ਫੋਰ ਬਲੈਕਮੇਲਿੰਗ ਯੋਰ ਸੋਰਸਿਸ, ਯੋਰ ਇਨਫੋਰਮੇਸ਼ਨ ਸ਼ੁੱਡ ਬੀ ਸ਼ੇਅਰਡ ਵਿਦ ਦ ਪੀਪਲ ਆਫ ਪੰਜਾਬ ਕਿ ਪਹਿਲਾਂ 10 ਸਾਲ ਅਕਾਲੀਆਂ ਦੇ ਫਲਾਂ ਬੰਦਿਆਂ ਨੇ ਲੁੱਟਿਆ ਵਾ ਅਤੇ ਹੁਣ ਜਿਹੜੇ 11 MLA ਨੇ ਜਾਂ ਕਿਹੜਾ ਮਿਨਿਸਟਰ ਇਨਵੋਲਵ। ਦੇਖੋ ਮਿਨਿਸਟਰ ਦੀ ਇਨਵੋਲਵਮੈਂਟ ਰਿਪੀਟਡਲੀ ਨਾਮ ਆ ਰਿਹਾ, ਉਹਨਾਂ ਦਾ ਰਿਪੀਟਡਲੀ ਉਂਗਲਾਂ ਉੱਠ ਰਹੀਆਂ ਨੇ ਔਰ ਮਿਨਿਸਟਰ ਦਾ ਨਾਮ ਪਬਲਿਕ ਵਿੱਚ ਆਉਣਾ ਬਹੁਤ ਲਾਜ਼ਮੀ ਆ ਔਰ ਇਹਦੀ ਪ੍ਰੋਪਰ ਟਾਈਮ ਬਾਉਂਡ ਇਨਕੁਆਇਰੀ ਕਰਕੇ ਦੇਰ ਸ਼ੁੱਡ ਬੀ ਸਟਰੋਂਗ ਐਕਸ਼ਨ। ਬਲਕਿ ਮੈਂ ਸਮਝਦਾ ਵਾਂ ਕਿ ਅਗਰ ਚੀਫ ਮਿਨਿਸਟਰ ਦੇ ਵਿੱਚ ਵਾਕਈ ਵਿਲ ਪਾਵਰ ਆ, ਇਹ ਜਿੰਨਾ ਇਲੀਗਲ ਮਾਈਨਿੰਗ ਹੋਈ ਆ ਪਿਛਲੇ ਇੱਕ ਘੱਟੋ ਘੱਟ ਇਹਨਾਂ ਦੇ ਰਾਜ ਵਿੱਚ, ਉਹ ਪੈਸਾ ਮਾਫੀਆ ਕੋਲੋਂ ਰਿਕਵਰ ਕੀਤਾ ਜਾਣਾ ਚਾਹੀਦਾ ਵਾ।
ਤੁਹਾਨੂੰ ਯਾਦ ਹੈ ਗੁੰਡਾ ਟੈਕਸ ਹੋਇਆ ਸੀਗਾ, ਗੁੰਡਾ ਟੈਕਸ ਦੇ ਵਿੱਚ ਮਤਲਬ ਉਹਦੇ ਵਿੱਚ ਵੀ ਇੱਦਾਂ ਹੀ ਉੱਠਿਆ। ਅਤੇ ਪੰਜਾਬ ਦੇ ਵਿੱਚ ਇਹ ਥੋੜ੍ਹਾ ਹੋਣਾ ਚਾਹੀਦਾ ਕਿ ਜਿਨ੍ਹਾਂ ਨੇ ਪਹਿਲਾਂ ਲੁੱਟ ਲਿਆ ਲੁੱਟ ਲਿਆ, ਕੋਈ ਗੱਲ ਨਹੀਂ ਜੀ, ਹੁਣ ਅੱਜ ਤੋਂ ਬਾਅਦ ਨਹੀਂ ਅਸੀਂ ਲੁੱਟਣ ਦੇਵਾਂਗੇ। ਦਿਸ ਇਜ਼ ਨੋਟ ਦੀ ਆਨਸਰ ਟੂ ਅ ਆਫ ਐਨੀ ਲੈਜੀਟਮੇਟ ਗਵਰਨਮੈਂਟ। ਗਵਰਨਮੈਂਟ ਦਾ ਕੰਮ ਹੈਗਾ ਵਾ ਕਿ ਅਗਰ ਕਿਸੇ ਚੋਰ ਨੇ ਚੋਰੀ ਕੀਤੀ ਆ, ਉਹ ਚੋਰੀ ਰਿਕਵਰ ਹੋਣੀ ਚਾਹੀਦੀ ਆ। ਸੋ ਗੁੰਡਾ ਟੈਕਸ ਅਤੇ ਇਲੀਗਲ ਮਾਈਨਿੰਗ ਜਿਹੜੀ ਪੰਜਾਬ ਦੇ ਵਿੱਚ ਜਿਹਨਾਂ ਲੁਟੇਰਿਆਂ ਨੇ ਲੁੱਟਿਆ, ਉਹਨਾਂ ਨੂੰ ਉਹਨਾਂ ਦੇ ਖਿਲਾਫ਼ ਕ੍ਰਿਮੀਨਲ ਪ੍ਰੋਸੀਡਿੰਗਸ ਤੋਂ ਇਲਾਵਾ ਉਹ ਪੈਸਾ ਰਿਕਵਰ ਕਰਕੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਾਣਾ ਚਾਹੀਦਾ। ਇੰਨੇ ਪੈਸੇ ਨਾਲ ਮੇਰਾ ਖਿਆਲ ਕਿੰਨੇ ਸਕੂਲ ਠੀਕ ਕੀਤੇ ਜਾ ਸਕਦੇ ਨੇ, ਕਿੰਨੀਆਂ ਡਿਸਪੈਂਸਰੀਆਂ, ਕਿੰਨੇ ਹੋਸਪਿਟਲਸ, ਲੋਕਾਂ ਦੇ ਕਿੰਨੇ ਕੰਮ ਕੀਤੇ ਜਾ ਸਕਦੇ ਨੇ। ਇਸ ਲਈ ਇਹ ਬਹੁਤ ਵੱਡਾ ਇਸ਼ੂ ਆ, ਬਹੁਤ ਵੱਡੀ ਚੁਣੌਤੀ ਆ ਪੰਜਾਬ ਦੇ ਲਈ ਕਿ ਚੀਫ ਮਿਨਿਸਟਰ ਦੇ ਕਹਿਣ ਦੇ ਬਾਵਜੂਦ ਜਿਹੜਾ ਮਾਫੀਆ ਦਾ ਨਾਮ ਅਤੇ ਮਾਫੀਆ ਦੇ ਸਪੋਰਟਰਸ ਜਿਹੜੇ ਪੋਲੀਟੀਸ਼ੀਅਨਸ ਨੇ, ਉਹਨਾਂ ਦਾ ਨਾਮ ਅੱਜ ਤੱਕ ਕੋਈ ਦੱਸਣ ਨੂੰ ਤਿਆਰ ਨਹੀਂ ਗਾ, ਕੋਈ SSP ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਗਾ, ਕੋਈ DC ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਗਾ। ਦਿਸ ਇਜ਼ ਅ ਵੈਰੀ ਸੀਰੀਅਸ। The biggest South Asian media group, Y Media. Y Media. Y Media has newspaper, midweek, radio, South Asian Pulse, television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group, Y Media. You are watching Channel Y, a South Asian Canadian channel.